ਅੱਜ ਭਾਰਤ ਬੰਦ ਹੈ। ਭਾਰਤ ਬੰਦ ਨੂੰ ਲੈ ਕੇ ਦੱਸਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਕਿਸਾਨਾਂ ਵੱਲੋਂ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ। 10 ਤੋਂ 4 ਵਜੇ ਤੱਕ ਸੜਕਾਂ ਜਾਮ ਕੀਤੀਆਂ ਜਾਣੀਆਂ ਨੇ, ਪਰ ਇਸ ਭਾਰਤ ਬੰਦ ਨੂੰ ਸਮਰਥਨ ਬੱਸਾਂ ਵਾਲਿਆਂ ਵੱਲੋਂ ਦਿੱਤਾ ਗਿਆ। ਅੱਜ ਦੁਕਾਨਾਂ ਬੰਦ ਕੀਤੀਆਂ ਗਈਆਂ ਨੇ। ਅੰਮ੍ਰਿਤਸਰ ਦੀ ਪਵਿੱਤਰ ਧਰਤੀ, ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ, ਇੱਕ ਪਰੰਪਰਾ ਦੀ ਸ਼ੁਰੂਆਤ, ਮੁੱਖ ਮੰਤਰੀ ਤੀਰਥ ਯਾਤਰਾ ਸਕੀਮ। ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ। ਨਾਂਦੇੜ ਜਾਣੀ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ। ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ, ਸਾਡਾ ਬੇਟਾ ਹੈ ਭਗਵੰਤ ਮਾਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ ਬੇਟੇ ਦਾ ਫਰਜ਼ ਨਿਭਾਇਆ ਹੈ। ਵੇਖ ਸਕਦੇ ਹੋ ਮੇਰੇ ਪਿੱਛੇ ਸਾਰੇ ਦਾ ਸਾਰਾ ਬਾਜ਼ਾਰ ਬੰਦ ਹੈ। ਅਸੀਂ ਇਸ ਵੇਲੇ ਮਲਸੀਆਂ ਦੇ ਵਿੱਚ ਮੌਜੂਦ ਹਾਂ। ਮਲਸੀਆਂ ਜਲੰਧਰ ਇਲਾਕੇ ਦਾ ਇਹ ਕਹਿ ਸਕਦੇ ਹੋ ਕਸਬਾ ਹੈ, ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਦੁਕਾਨਦਾਰ ਵੱਲੋਂ ਅੱਜ ਦੁਕਾਨਾਂ ਸਵੇਰ ਤੋਂ ਹੀ ਬੰਦ ਕਰ ਦਿੱਤੀਆਂ ਗਈਆਂ ਨੇ। ਇਸ ਥਾਂ ਦੇ ਉੱਤੋਂ ਲੋਕਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਮਲਸੀਆਂ ਜਦੋਂ ਤੁਸੀਂ ਜਲੰਧਰ ਜਾਂਦੇ ਹੋ ਤਾਂ ਰਸਤੇ 'ਚ ਆਉਂਦਾ, ਪਰ ਮਲਸੀਆਂ ਕਾਫੀ ਮਸ਼ਹੂਰ ਇਲਾਕਾ ਵੀ ਕਿਹਾ ਜਾ ਸਕਦਾ, ਪਰ ਇੱਥੇ ਅੱਜ ਸੜਕਾਂ ਜੋ ਭਾਰਤ ਬੰਦ ਦੇ ਵਿਚਾਲੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ, ਫਿਲਹਾਲ ਦੁਕਾਨਾਂ ਬੰਦ ਕੀਤੀਆਂ ਹੋਈਆਂ ਨੇ। 23 ਜ਼ਿਲ੍ਹਿਆਂ ਦੇ ਵਿੱਚ 117 ਥਾਵਾਂ ਦੇ ਉੱਤੇ ਅੱਜ SKM ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਰੋਡ ਜਾਮ ਕੀਤੇ ਜਾਣੇ ਨੇ, ਬੱਸਾਂ ਦੀ ਜੋ ਆਵਾਜਾਈ ਬੰਦ ਹੋ ਚੁੱਕੀ ਹੈ। ਤੁਸੀਂ ਵੇਖ ਸਕਦੇ ਹੋ ਸਵਾਰੀਆਂ ਕਿੱਦਾਂ ਖੱਜਲ ਖੁਆਰ ਹੋ ਰਹੀਆਂ ਨੇ, ਆਟੋ ਜਾਂ ਹੋਰ ਵਾਹਨਾਂ ਦਾ ਸਹਾਰਾ ਲੈ ਕੇ ਅੱਗੇ ਵਧਣਾ ਪੈ ਰਿਹਾ ਲੋਕਾਂ ਨੂੰ। ਫਿਲਹਾਲ ਇੰਨਾ ਹੀ ਨਹੀਂ, ਇਸ ਥਾਂ ਦੇ ਉੱਤੇ ਪਿਛਲੇ ਲੰਬੇ ਸਮੇਂ ਤੋਂ ਇੱਥੇ ਬੱਸਾਂ ਵੀ ਨਹੀਂ ਆ ਰਹੀਆਂ। ਇਸ ਸਮੇਂ ਸਾਡੇ ਨਾਲ ਕੁਝ ਸਵਾਰੀਆਂ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵੀਰੇ ਕੀ ਨਾਮ ਤੁਹਾਡਾ? ਕੁਲਦੀਪ ਸਿੰਘ। ਕੁਲਦੀਪ ਜੀ ਕਿੱਥੇ ਜਾਣਾ ਤੁਸੀਂ? ਅੰਮ੍ਰਿਤਸਰ ਜਾਣਾ। ਅੰਮ੍ਰਿਤਸਰ ਜਾਣਾ, ਕਦੋਂ ਦੇ ਇੱਥੇ ਖੜੇ ਹੋ? ਡੇਢ ਘੰਟਾ ਹੋ ਗਿਆ। ਡੇਢ ਘੰਟਾ ਹੋ ਗਿਆ, ਕੋਈ ਬੱਸ ਨਹੀਂ ਆਈ? ਨਹੀਂ, ਬੱਸ ਕੋਈ ਨਹੀਂ ਆਈ। ਅੱਜ ਭਾਰਤ ਬੰਦ ਹੈ ਬੱਸਾਂ, ਭਾਰਤ ਬੰਦ ਹੈ ਬੱਸ ਆ ਨਹੀਂ ਰਹੀ, ਕਿੱਦਾਂ ਦੀ ਔਖਾਈ ਹੋ ਰਹੀ ਹੈ? ਔਖਾ ਬਹੁਤ ਹੋ ਰਿਹਾ ਜੀ। ਆਪਾਂ ਅੰਮ੍ਰਿਤਸਰ ਤੋਂ ਗਾਹ ਜਾਣਾ ਬਾਰਡਰ ਤੇ ਜਾਣਾ, ਬਾਰਡਰ ਕੰਢੇ ਜਾਣਾ। ਆਪਾਂ ਗਰੀਬ ਲੋਕ ਹੈਗੇ ਆ, ਮਿਹਨਤ ਕਰਨ ਆਏ ਸੀ, ਆਲੂ ਪਟਨਾ ਆਏ ਸੀ, ਨਿੱਕੇ ਨਿੱਕੇ ਬੱਚੇ ਸਾਡੇ ਕੋਲ, ਮੁਸ਼ਕਿਲ ਹੋਤੀ ਜਾਂਦੀ। ਸੜਕ ਤੇ ਕਿੰਨੀ ਦੇਰ ਉਡੀਕਣਾ ਪੈਣਾ ਜੇ ਬੱਸ ਨਹੀਂ ਆਉਂਦੀ? ਬੱਸ ਨਹੀਂ ਤਾਂ ਸ਼ਾਨੇ 6 ਵਜੇ ਤੱਕ ਉਡੀਕਣਾ ਪਵੇਗਾ। ਹਲੇ ਵੈਸੇ ਦੱਸ ਦਈਏ ਕਿ ਭਾਰਤ ਬੰਦ ਨੂੰ ਲੈ ਕੇ ਬੱਸਾਂ ਬੰਦ ਕੀਤੀਆਂ ਨੇ, ਸ਼ਾਮ 4 ਵਜੇ ਤੋਂ ਬਾਅਦ ਆਵਾਜਾਈ ਖੁੱਲਣ ਦਾ ਜੋ ਆਸਾਰ ਨੇ, 4 ਵਜੇ ਤੱਕ ਵੀ ਇੱਥੇ ਬੈਠੇ ਰਹੋਗੇ? ਹਾਂਜੀ, ਬੈਠਣਾ ਪੈਣਾ, ਫਿਰ ਕਰਨਾ ਚਾਹੀਦਾ, ਫਿਰ ਵਾਪਸ ਚਲੇ ਜਾਈਏ। ਤਾਂ ਤੁਸੀਂ ਵੇਖ ਸਕਦੇ ਹੋ ਜੋ ਮਜਬੂਰੀ ਇੱਥੇ ਲੋਕਾਂ ਦੀ ਕਿਤੇ ਨਾ ਕਿਤੇ ਬਣੀ ਹੋਈ ਹੈ। ਫਿਲਹਾਲ 4 ਵਜੇ ਤੱਕ ਬੱਸਾਂ ਉਡੀਕਣਾ ਪੈ ਸਕਦਾ, ਡੇਢ ਘੰਟੇ ਤੋਂ ਨਿੱਕੇ ਨਿੱਕੇ ਬੱਚਿਆਂ ਨੂੰ ਨਾਲ ਲੈ ਕੇ ਇੱਥੇ ਇਹ ਬੈਠੇ ਨੇ। ਬੱਸ ਦੀ ਉਡੀਕ ਕੀਤੀ ਜਾ ਰਹੀ ਹੈ, ਇਹਨਾਂ ਹੀ ਨਹੀਂ ਕੁਝ ਹੋਰ ਸਵਾਰੀਆਂ ਵੀ ਇੱਥੇ ਮੌਜੂਦ ਨੇ ਫਿਲਹਾਲ, ਪਰ ਇਹਨਾਂ ਸਵਾਰੀਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਖੱਜਲ ਖੁਆਰ ਹੋ ਰਹੀਆਂ ਨੇ। ਸੜਕ ਦੇ ਉੱਤੇ ਆਵਾਜਾਈ ਤਾਂ ਆਮ ਵਾਂਗ ਹੈ, ਪਰ ਬੱਸਾਂ ਨਹੀਂ ਚੱਲ ਰਹੀਆਂ, ਵੱਡੇ ਵਾਹਨ ਤੁਸੀਂ ਵੇਖ ਸਕਦੇ ਹੋ ਨਹੀਂ ਚੱਲ ਪਾ ਰਹੇ ਨੇ। ਫਿਲਹਾਲ ਬਾਜ਼ਾਰ ਟੋਟਲ ਬੰਦ ਕਰ ਦਿੱਤੇ ਗਏ ਨੇ ਤੇ ਬਾਜ਼ਾਰਾਂ ਦੇ ਵਿਚਕਾਰ ਫਿਲਹਾਲ ਇਹ ਤਸਵੀਰ ਮਲਸੀਆਂ ਦੇ ਬਾਜ਼ਾਰ ਦੀ ਹੈ। ਜਲੰਧਰ ਇਲਾਕੇ ਦਾ ਬਾਜ਼ਾਰ ਹੈ ਜਿੱਥੇ ਕਿ ਅੱਜ ਸਵੇਰ ਤੋਂ ਹੀ ਦੱਸਿਆ ਜਾਂਦਾ ਦੁਕਾਨਾਂ ਨਹੀਂ ਖੁੱਲੀਆਂ, ਬੱਸਾਂ ਬੰਦ ਹੋਣ ਦੇ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਫਿਲਹਾਲ 23 ਜ਼ਿਲ੍ਹਿਆਂ ਦੇ ਵਿੱਚ 117 ਥਾਵਾਂ ਦੇ ਉੱਤੇ ਅੱਜ ਜਾਮ ਲਾਏ ਗਏ ਨੇ। 23 ਜ਼ਿਲ੍ਹਿਆਂ 'ਚ 117 ਥਾਵਾਂ ਤੇ ਜਾਮ ਲਾਏ ਗਏ ਨੇ। ਫਿਲਹਾਲ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ, ਪੁਲਿਸ ਕਰਮਚਾਰੀ ਚੌਂਕਾਂ ਦੇ ਵਿੱਚ ਮੌਜੂਦ ਖੜੇ ਨੇ। ਫਿਲਹਾਲ ਇਹ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ, ਇੱਧਰ ਤਸਵੀਰ ਤੁਹਾਨੂੰ ਬਾਜ਼ਾਰ ਦੀ ਦਿਖਾ ਦਿੰਦੇ ਹਾਂ। ਇਹ ਬਾਜ਼ਾਰ ਹੈ ਜੋ ਮਲਸੀਆਂ ਦਾ ਮੁੱਖ ਬਾਜ਼ਾਰ ਮੰਨਿਆ ਜਾਂਦਾ ਹੈ। ਇਸ ਬਾਜ਼ਾਰ ਦੇ ਵਿੱਚ ਅੱਜ ਸਵੇਰ ਤੋਂ ਦੁਕਾਨਾਂ ਬੰਦ ਹੋਈਆਂ ਨੇ ਕਿਸਾਨ ਮੋਰਚੇ ਵੱਲੋਂ ਤੇ ਗੈਰ ਰਾਜਨੀਤਿਕ ਜੋ ਕਿਸਾਨ ਨੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਅੱਜ ਭਾਰਤ ਬੰਦ ਨੂੰ ਲੈ ਕੇ ਪੂਰਨ ਤੌਰ ਤੇ ਸਮਰਥਨ ਦਿੱਤਾ। ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਅੱਜ ਭਾਰਤ ਬੰਦ ਕਰ ਦਿੱਤਾ ਗਿਆ, ਜਿਸ ਦੀ ਇਹ ਤਸਵੀਰ ਅੱਜ ਤੁਹਾਡਾ ਸਾਂਝੀ ਕਰ ਰਿਹਾ। ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇਹਨਾਂ ਹੀ। ਇਸ ਦੇ ਨਾਲ ਮੈਨੂੰ ਦਿਓ ਇਜਾਜ਼ਤ, ਹੋਰ ਅਪਡੇਟਸ ਦੀ ਵੇਖਦੇ ਰਹੋ ਜਗਬਾਣੀ ਟੀਵੀ ਮਲਸੀਆ ਤੋਂ। ਮੈਂ ਦਿਲਸ਼ੇਰ ਸਿੰਘ ਚੋਪੜਾ, ਕੈਮਰਾ ਮਨਰਿੰਦਰ ਦੇ ਨਾਲ।